ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਂ ਵੀਡੀਓ, ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਆਪਣਾ ਸਫ਼ਰ ਚੱਲਦਾ, ਸਫ਼ਰ ਏ ਸ਼ਹਾਦਤ। ਅਤੇ ਪਿਛਲੀ ਵੀਡੀਓ ਦੇ ਦਰਸ਼ਨ ਕਰਾਏ ਸੀ ਆਪਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਜੋਤੀ ਸਰੂਪ ਸਾਹਿਬ ਅਤੇ ਗੁਰਦੁਆਰਾ ਭਗਵਾਨਗੜ੍ਹ ਸਾਹਿਬ ਦੇ। ਅਤੇ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਮੰਜੀ ਸਾਹਿਬ ਆਲੋ ਅਰਕ। ਇਹ ਉਹ ਪਵਿੱਤਰ ਅਸਥਾਨ ਆ ਜੀ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਮੌਜੂਦ ਨੇ ਜੀ। ਅਤੇ ਆਜੋ ਜੀ, ਇੱਥੇ ਦੋ ਇਤਿਹਾਸ ਜੁੜੇ ਹੋਏ ਨੇ ਜੀ। ਇਸ ਜਗ੍ਹਾ ਦੇ ਉੱਤੇ ਧੰਨ ਧੰਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਵੀ ਪਹੁੰਚੇ ਹੋਏ ਨੇ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਦੀਆਂ ਅਸਥੀਆਂ ਵੀ ਮੌਜੂਦ ਨੇ। ਅਤੇ ਚਲੋ ਜੀ, ਚੱਲਦੇ ਹਾਂ, ਕਰਵਾਉਂਦੇ ਹਾਂ ਦਰਸ਼ਨ ਅਤੇ ਨਾਲੇ ਇਤਿਹਾਸ ਬਾਰੇ ਸਮਝ ਪਾਉਂਦੇ ਹਾਂ। ਅਤੇ ਵੀਡੀਓ ਨਾਲ ਬਣੇ ਰਹੋ, ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ। ਆਜੋ ਜੀ ਚੱਲੀਏ। ਤੁਸੀਂ ਗੇਟ ਦੇ ਦਰਸ਼ਨ ਕਰ ਰਹੇ ਹੋ ਜੀ। ਇਹ ਪਿੰਡ ਦਾ ਨਾਮ ਆ ਜੀ ਆਲੋ ਅਰਕ ਅਤੇ ਉਹ ਸਾਹਮਣੇ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਉਂਗਲੀ ਦੀ ਸੇਧ ਗੁਰਦੁਆਰਾ ਸਾਹਿਬ ਦੇ, ਜਿਹੜਾ ਅੱਧਾ ਕੁ ਕਿਲੋਮੀਟਰ ਦੇ ਕਰੀਬ ਦੂਰੀ 'ਤੇ ਆ। ਅਤੇ ਗੱਲ ਕਰੀਏ ਰੋਡ ਦੀ, ਇਹ ਰੋਡ ਆ ਜੀ ਨਾਭਾ ਭਵਾਨੀਗੜ੍ਹ ਰੋਡ। ਇੱਧਰ ਹੈਗਾ ਨਾਭਾ ਜੀ ਅਤੇ ਇੱਧਰ ਹੈਗਾ ਭਵਾਨੀਗੜ੍ਹ। ਭਵਾਨੀਗੜ੍ਹ ਤੋਂ ਲਗਭਗ 2 ਤੋਂ 3 ਕਿਲੋਮੀਟਰ ਦੇ ਕਰੀਬ ਹੈ ਜੀ ਇਹ ਅਸਥਾਨ। ਅਤੇ ਨਾਭੇ ਤੋਂ ਹੈਗਾ ਜੀ ਲਗਭਗ 10 ਤੋਂ 12 ਕਿਲੋਮੀਟਰ ਦੇ ਕਰੀਬ। ਅਤੇ ਆਜੋ ਜੀ ਚੱਲਦੇ ਹਾਂ ਗੁਰਦੁਆਰਾ ਸਾਹਿਬ ਅਤੇ ਹੋਰ ਗੱਲਾਂ ਬਾਤਾਂ ਵੀ ਕਰਦੇ ਹਾਂ ਨਾਲ ਗੁਰਦੁਆਰਾ ਸਾਹਿਬ ਦੇ ਰਿਲੇਟਡ। ਅਤੇ ਆਜੋ ਜੀ ਚੱਲਦੇ ਹਾਂ। ਅਤੇ ਇਹ ਜੀ ਗੇਟ ਦੇ ਕੋਲ ਮੇਨ ਰੋਡ 'ਤੇ ਲੱਗਿਆ ਹੈ ਜੀ ਬੋਰਡ। ਅਤੇ ਚੱਲਦੇ ਹਾਂ ਜੀ ਹੁਣ ਦਰਬਾਰ ਸਾਹਿਬ, ਜਿਹੜਾ 400 ਮੀਟਰ ਦੇ ਕਰੀਬ ਹੈ ਜੀ, ਅੱਧੇ ਕਿਲੋਮੀਟਰ ਤੋਂ ਵੀ ਘੱਟ ਆ। ਇਹ ਅਸਥਾਨ ਜਿਸ ਦੇ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਆ ਰਿਹਾ ਜੀ, ਇਹ ਜ਼ਮੀਨ ਹੁੰਦੀ ਸੀ ਦੀਵਾਨ ਟੋਡਰ ਮੱਲ ਜੀ ਦੀ। ਦੀਵਾਨ ਟੋਡਰ ਮੱਲ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਵੱਟ ਕੇ ਮੁਗਲ ਸਰਕਾਰ ਤੋਂ ਜਗ੍ਹਾ ਖਰੀਦੀ ਸੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਵਾਸਤੇ ਜੀ। ਅਤੇ ਇੱਥੇ ਨੇੜੇ ਜੀ ਕਾਕੜਾ ਪਿੰਡ ਆ ਉਹਨਾਂ ਦਾ ਪਿੰਡ ਸੀ ਅਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਜ਼ਮੀਨ ਹੁੰਦੀ ਸੀ ਜੋ ਕਾਫੀ ਅਮੀਰ ਸੀ। ਇਸ ਜਗ੍ਹਾ ਦੇ ਨਾਲ ਪਹਿਲਾਂ ਵੀ ਦੱਸ ਚੁੱਕਿਆ ਕਿ ਦੋ ਇਤਿਹਾਸ ਜੁੜੇ ਹਨ ਜੀ ਇਸ ਅਸਥਾਨ ਦੇ ਉੱਤੇ। 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਏ ਹਨ, ਉਹਨਾਂ ਦੀ ਵੀ ਚਰਨ ਛੋਹ ਪ੍ਰਾਪਤ ਧਰਤੀ ਆ। ਅਤੇ ਇਸ ਅਸਥਾਨ ਦੇ ਉੱਤੇ ਹੀ ਦੀਵਾਨ ਟੋਡਰ ਮੱਲ ਜੀ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਤਾਂ ਉਹਨਾਂ ਨੇ ਰਾਤੋਂ ਰਾਤ ਇਸ ਅਸਥਾਨ ਦੇ ਉੱਤੇ ਉਹਨਾਂ ਦੀਆਂ ਜੋ ਪਵਿੱਤਰ ਅਸਥੀਆਂ ਸੀ ਉਹ ਭੇਜ ਦਿੱਤੀਆਂ ਕਿਸੇ ਸ਼ਰਧਾਲੂ ਦੇ ਹੱਥ, ਅਤੇ ਉਹ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਜੀ, ਥੜੇ ਦੇ ਨੀਚੇ ਮੌਜੂਦ ਨੇ। ਅਤੇ ਅੱਜ ਵੀ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਕੇ ਜਾਂਦੀਆਂ ਨੇ ਅਤੇ ਤੁਹਾਨੂੰ ਵੀ ਦਰਸ਼ਨ ਕਰਵਾ ਰਹੇ ਹਾਂ ਅੱਜ ਜੀ। ਲਓ ਜੀ, ਫਿਲਹਾਲ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਮੰਜੀ ਸਾਹਿਬ ਦੇ ਬਾਹਰ। ਅਤੇ ਇੱਥੋਂ ਦਾ ਇਤਿਹਾਸ, ਦੋ ਇਤਿਹਾਸ ਨੇ ਜੀ ਇਸ ਅਸਥਾਨ 'ਤੇ। ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਅਤੇ ਪਹਿਲਾਂ ਇੱਕ ਹੋਰ ਅਸਥਾਨ 'ਤੇ ਬੈਠੇ ਸੀ, ਉਸ ਅਸਥਾਨ ਦੇ ਵੀ ਦਰਸ਼ਨ ਕਰਾਵਾਂਗੇ। ਅਤੇ ਉਸ ਤੋਂ ਬਾਅਦ ਉੱਥੇ ਜਦੋਂ ਬੈਠੇ ਸੀ ਤਾਂ ਉੱਥੇ ਦੇ ਜੋ ਜ਼ਿੰਮੀਦਾਰ ਸੀ ਉਹਨਾਂ ਨੇ ਉੱਚੇ ਬੋਲ ਕਬੋਲ ਜਾਣੇ ਅਣਜਾਣੇ ਦੇ ਵਿੱਚ ਬੋਲੇ ਤਾਂ ਗੁਰੂ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਨਿੰਮ ਸੀ, ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਕੋਲ ਇੱਕ ਨਿੰਮ ਸੀ, ਉਸ ਦੇ ਨੀਚੇ ਜਾ ਕੇ ਬੈਠੇ ਤਾਂ ਉਸ ਨਿੰਮ ਦੇ ਕਿਹਾ ਜਾਂਦਾ ਕਿ ਪੱਤੇ ਵੀ ਮਿੱਠੇ ਹੋ ਗਏ ਸੀ। ਅਤੇ ਜਦੋਂ ਦੀਵਾਨ ਟੋਡਰ ਮੱਲ ਜੀ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਗੁਰੂ ਸਾਹਿਬ ਦੇ ਆਉਣ ਬਾਰੇ ਤਾਂ ਉਹ
ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਰੁੱਝ ਗਿਆ ਅਤੇ ਬਹੁਤ ਜ਼ਿਆਦਾ ਸੇਵਾ ਕੀਤੀ। ਗੁਰੂ ਸਾਹਿਬ ਨੇ ਦੀਵਾਨ ਟੋਡਰ ਮੱਲ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਕਈ ਵਰ ਵੀ ਦਿੱਤੇ ਸੀ ਅਤੇ ਭਵਿੱਖ ਵਿੱਚ ਬਹੁਤ ਵੱਡੀ ਸੇਵਾ ਲੈਣ ਦੇ ਲਈ ਭਵਿੱਖ ਤੋਂ ਬਚਨ ਵੀ ਕੀਤੇ ਸੀ, ਜੋ ਬਾਅਦ ਵਿੱਚ ਜਾ ਕੇ ਉਹਨਾਂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਜ਼ਮੀਨ ਖਰੀਦੀ ਸੀ ਗੁਰਦੁਆਰਾ ਜੋਤੀ ਸਰੂਪ, ਜੋ ਕਿ ਆਪਾਂ ਪਿਛਲੀ ਵੀਡੀਓ ਪਾਏ ਚੁੱਕੇ ਹਾਂ ਜੀ। ਅਤੇ ਇਸ ਗੁਰਦੁਆਰਾ ਸਾਹਿਬ 3 ਦਿਨ ਮਗਰੋਂ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਭਾਈ ਜੋਧ ਸਿੰਘ ਜੀ ਦੇ ਦੁਬਾਰਾ ਇਸ ਜਗ੍ਹਾ ਦੇ ਉੱਤੇ ਦੀਵਾਨ ਟੋਡਰ ਮੱਲ ਜੀ ਨੇ ਉਹਨਾਂ ਦੀਆਂ ਜੋ ਫੁੱਲਾਸਤੀਆਂ ਸੀ ਉਹ ਭੇਜੀਆਂ ਸੀ ਅਤੇ ਇਸ ਜਗ੍ਹਾ ਦੇ ਉੱਤੇ ਇੱਕ ਸਾਧੂ ਰਹਿੰਦਾ ਸੀ ਅਤੇ ਸਾਧੂ ਅਤੇ ਭਾਈ ਜੋਧ ਸਿੰਘ ਜੀ ਨੇ ਮਿਲ ਕੇ ਉਹ ਇਸ ਜਗ੍ਹਾ ਦੇ ਉੱਤੇ ਇੱਕ ਟੋਆ ਪੱਟ ਕੇ ਉਸਦੇ ਵਿੱਚ ਦੱਬਤੀਆਂ ਅਤੇ ਉਸ ਉੱਤੇ ਇੱਕ ਥੜਾ ਬਣਾਤਾ। 1999 ਦੇ ਵਿੱਚ ਕਿਹਾ ਜਾਂਦਾ ਜੀ ਕਿ ਉਹਨਾਂ ਅਸਥੀਆਂ ਨੂੰ ਦੁਬਾਰਾ ਤੋਂ ਕੱਢਿਆ ਗਿਆ ਅਤੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ। ਜਦੋਂ ਸੇਵਾ ਸੰਪੂਰਨ ਹੋਈ ਤਾਂ ਉਸਨੂੰ ਇੱਕ ਕੰਚ ਦੇ ਭਾਂਡੇ ਦੇ ਵਿੱਚ ਪਾ ਕੇ ਦੁਬਾਰਾ ਫਿਰ ਵਿੱਚ ਮਤਲਬ ਦੱਬ ਕੇ ਅਤੇ ਉਸ ਉੱਤੇ ਥੜਾ ਬਣਾ ਦਿੱਤਾ ਗਿਆ। ਅਤੇ ਇਹ ਸੀ ਜੀ ਇੱਥੋਂ ਦਾ ਇਤਿਹਾਸ। ਸੋ ਆਜੋ ਜੀ ਕਰਵਾਉਣਿਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਉਸ ਥੜਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਤ ਫੁੱਲ ਮੌਜੂਦ ਨੇ ਜੀ। ਆਜੋ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਬਾਹਰਲਾ ਵਿਊ ਅਤੇ ਇਹ ਹੈ ਜੀ ਇਤਿਹਾਸ ਜੋ ਤੁਹਾਨੂੰ ਪਹਿਲਾਂ ਸਰਵਣ ਕਰਵਾ ਹੀ ਚੁੱਕਿਆ। ਅਤੇ ਆਜੋ ਜੀ ਸਭ ਤੋਂ ਪਹਿਲਾਂ ਹੁੰਦੇ ਹਾਂ ਗੁਰਦੁਆਰਾ ਸਾਹਿਬ ਨਮਸਤਕ ਅਤੇ ਉਸ ਤੋਂ ਬਾਅਦ ਕਰਵਾਵਾਂਗੇ ਉਸ ਥੜਾ ਸਾਹਿਬ ਦੇ ਦਰਸ਼ਨ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਤ ਫੁੱਲ ਅੱਜ ਵੀ ਮੌਜੂਦ ਨੇ ਜੀ। ਜਿੱਥੇ ਦਰਬਾਰ ਸਾਹਿਬ ਆ ਜੀ ਉਸ ਜਗ੍ਹਾ ਦੇ ਉੱਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਵੀ ਹੈ। ਅਤੇ ਆਜੋ ਜੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਹੁੰਦੇ ਹਾਂ ਨਮਸਤਕ ਅਤੇ ਉਸ ਤੋਂ ਬਾਅਦ ਉਸ ਥੜਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਦਰਬਾਰ ਸਾਹਿਬ ਦੇ ਅਤੇ ਹੁਣ ਆਪਾਂ ਚੱਲਦੇ ਹਾਂ ਉਹ ਥੜਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਤ ਫੁੱਲਾਂ ਮੌਜੂਦ ਨੇ ਜੀ ਅੱਜ ਵੀ। ਆਜੋ ਜੀ ਚੱਲੀਏ ਅਤੇ ਆਜੋ ਜੀ ਚੱਲਦੇ ਹਾਂ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੀ ਆ ਜੀ ਇਹ ਦਰਬਾਰ ਸਾਹਿਬ। ਇਹ ਆ ਜੀ ਉਹ ਪਵਿੱਤਰ ਸਥਾਨ ਜਿਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅਸਤ ਫੁੱਲ ਅੱਜ ਵੀ ਮੌਜੂਦ ਨੇ ਜੀ ਇਸ ਥੜੇ ਦੇ ਥੱਲੇ ਅਤੇ ਦੂਰੋਂ ਦੂਰੋਂ ਸੰਗਤਾਂ ਆਉਣਗੀਆਂ ਹਨ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ। ਅਤੇ ਇਸ ਜਗ੍ਹਾ ਦੇ ਉੱਤੇ ਮਾਤਾ ਗੁਜਰ ਕੌਰ ਜੀ ਦੇ Thank you.
ਥੜਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਹੁਣ ਤੁਹਾਨੂੰ ਇੱਥੋਂ ਦੇ ਜੋ ਪ੍ਰਧਾਨ ਨੇ ਜੋ ਸੇਵਾ ਨਿਭਾ ਰਹੇ ਨੇ ਅਤੇ ਉਹਨਾਂ ਨਾਲ ਇਤਿਹਾਸ ਬਾਰੇ ਡਿਟੇਲ ਦੇ ਵਿੱਚ ਸਾਂਝ ਪਾਉਂਦੇ ਹਾਂ ਜੀ। ਸੋ ਆ ਜਾਓ ਜੀ, ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਪਾਵਨ ਪਵਿੱਤਰ ਸਥਾਨ 'ਤੇ ਅਸੀਂ ਖੜ੍ਹੇ ਹਾਂ, ਇਹ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਪਿੰਡ ਹਾਲੋਅਰਖ ਦੇ ਨਾਂ ਨਾਲ ਮਸ਼ਹੂਰ ਹੈ। ਪਿੰਡ ਹਾਲੋਅਰਖ ਨੇੜੇ ਹੈ ਅਤੇ ਇੱਧਰ ਭਵਾਨੀਗੜ੍ਹ ਇੱਥੋਂ 3-2.5 ਕਿਲੋਮੀਟਰ 'ਤੇ ਆ ਅਤੇ ਨਾਭਾ ਇੱਥੋਂ 13-14 ਕਿਲੋਮੀਟਰ 'ਤੇ ਆ। ਪਟਿਆਲਾ ਇੱਥੋਂ ਤਕਰੀਬਨ 35-36 ਕਿਲੋਮੀਟਰ 'ਤੇ ਹੈ। ਸੋ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਹੈ, ਸੱਚੇ ਪਾਤਸ਼ਾਹ ਜਿੱਥੇ ਨੌਵੇਂ ਪਾਤਸ਼ਾਹ ਜੀ ਨੇ ਚਰਨ ਪਾਏ, ਇੱਥੇ ਇੱਕ ਨਿੰਮ ਹੁੰਦਾ ਸੀ ਜਿੱਥੇ ਦਰਬਾਰ ਸਾਹਿਬ ਬਣਿਆ ਹੋਇਆ ਇਹਦੇ ਪਿਛਲੇ ਪਾਸੇ, ਅਤੇ ਉਹ ਨਿੰਮ ਦੇ ਥੱਲੇ ਸਤਿਗੁਰੂ ਨੇ ਝਿੜੀ ਦੇ ਵਿੱਚ ਆਸਣ ਲਾਇਆ ਕਰਕੇ ਇੱਥੇ ਇੱਕ ਸਾਧੂ ਦੀ ਵੀ ਕੁਟੀਆ ਪਾ ਕੇ ਰਹਿੰਦਾ ਹੁੰਦਾ ਸੀ। ਅਤੇ ਇਹ ਜ਼ਮੀਨ ਦੀਵਾਨ ਟੋਡਰਮੱਲ ਦੀ ਆ, ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਜਾ ਕੇ ਗੁਰਦੁਆਰਾ ਜੋਤੀ ਸਰੂਪ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ। ਸੋ ਇੱਥੇ ਜਦੋਂ ਨੌਵੇਂ ਪਾਤਸ਼ਾਹ ਜੀ ਨੇ 300 ਸੰਗਤਾਂ ਨਾਲ ਸੀ, ਮਾਤਾ ਗੁਜਰ ਕੌਰ ਜੀ ਵੀ ਅਤੇ ਮਾਤਾ ਨਾਨਕੀ ਜੀ ਵੀ ਨਾਲ ਸਨ, ਇੱਥੇ ਚਰਨ ਪਾਏ ਤਾਂ ਦੀਵਾਨ ਟੋਡਰਮੱਲ ਨੂੰ ਪਤਾ ਲੱਗਿਆ ਭਾਈ ਜੋਤ ਸਿੰਘ ਜੋ ਕਿ ਹਾਲੋਅਰਖ ਦਾ ਸੀ ਉਹਦੇ ਰਾਹੀਂ ਕਿ ਮੇਰੀ ਜ਼ਮੀਨ ਦੇ ਵਿੱਚ ਕੋਈ ਮਹਾਂਪੁਰਸ਼ ਪਹੁੰਚੇ ਹੋਏ ਨੇ ਅਤੇ ਘੋੜੇ ਰੱਥ ਗੱਡੀਆਂ ਗੱਡੇ ਸਭ ਕੁਛ ਉਹਨਾਂ ਕੋਲ ਸਮਾਨ ਸੀ। ਸੋ ਜਦੋਂ ਦੀਵਾਨ ਟੋਡਰਮੱਲ ਪ੍ਰਸ਼ਾਦਾ ਪਾਣੀ ਲੈ ਕਰਕੇ ਕਾਕੜੇ ਤੋਂ ਸੰਗਤਾਂ ਲੈ ਕਰਕੇ ਇੱਥੇ ਸਤਿਗੁਰੂ ਦੇ ਚਰਨ ਕਮਲਾਂ ਪਾਸ ਹਾਜ਼ਰ ਹੋਇਆ ਤਾਂ ਬਹੁਤ ਮਨ ਲਾ ਕਰਕੇ ਸੇਵਾ ਕੀਤੀ। ਇੱਥੇ ਸਤਿਗੁਰੂ ਜੀ 18 ਕੱਤਕ 1722 ਬਿਕਰਮੀ ਅਤੇ ਈਸਵੀ 1665 ਈਸਵੀ ਨੂੰ ਇੱਥੇ ਆਏ ਸੀ ਅਤੇ ਇੱਥੋਂ ਚੱਲਦੇ ਹੋਏ ਸਤਿਗੁਰੂ ਜੀ ਅੱਗੇ ਤਮਤਾਨ ਸਾਹਿਬ ਹੋ ਕੇ ਮਾਲਵੇ ਦੇ ਇਲਾਕੇ ਨੂੰ ਉਤਾਰਦੇ ਹੋਏ ਤਮਤਾਨ ਸਾਹਿਬ ਤੋਂ ਪ੍ਰਯਾਗਰਾਗ ਫਿਰ ਪਟਨਾ ਸਾਹਿਬ ਪਹੁੰਚੇ ਅਤੇ ਪਟਨਾ ਸਾਹਿਬ ਸਤਿਗੁਰੂ ਜੀ ਨੌਵੇਂ ਦਸਵੇਂ ਪਾਤਸ਼ਾਹ ਜੀ ਨੇ ਅਗਲੇ ਸਾਲ 1666 ਈਸਵੀ ਵਿੱਚ ਪ੍ਰਕਾਸ਼ ਹੋਏ ਸਨ ਸੱਚੇ ਪਾਤਸ਼ਾਹ ਜੀ। ਸੋ ਇੱਥੇ ਜਦੋਂ ਦੀਵਾਨ ਟੋਡਰਮੱਲ ਨੇ ਸੇਵਾ ਬਹੁਤ ਮਨ ਤਨ ਲਾ ਕਰਕੇ ਕੀਤੀ ਅਤੇ ਅਗਲੇ ਦਿਨ ਜਦੋਂ ਨੌਵੇਂ ਪਾਤਸ਼ਾਹ ਜੀ ਭਵਾਨੀਗੜ੍ਹ ਨੂੰ ਜਾਣ ਲਈ ਤਿਆਰ ਹੋਏ ਤਾਂ ਟੋਡਰਮੱਲ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਇਸ ਜਗ੍ਹਾ 'ਤੇ ਹੋਰ ਕੁਝ ਦਿਨ ਰਹੋ ਤਾਂ ਕਿ ਅਸੀਂ ਵੱਧ ਤੋਂ ਵੱਧ ਸੇਵਾ ਦਾ ਲਾਹਾ ਲੈ ਸਕੀਏ। ਸਤਿਗੁਰੂ ਜੀ ਕਹਿੰਦੇ ਵੀ ਅੱਗੇ ਵੀ ਅਸੀਂ ਜਾਣਾ ਹੈ, ਅੱਗੇ ਵੀ ਸੰਗਤਾਂ ਉਡੀਕ ਰਹੀਆਂ ਨੇ, ਤਾਰਨਾ ਹੈ ਜਿਵੇਂ ਪਰਮੇਸ਼ਰ ਦਾ ਹੁਕਮ ਆ, ਉਸ ਦੀ ਰਜ਼ਾ ਦੇ ਵਿੱਚ ਰਹਿਣਾ ਪੈਂਦਾ। ਤਾਂ ਦੀਵਾਨ ਟੋਡਰਮੱਲ ਕਹਿੰਦਾ ਸੱਚੇ ਪਾਤਸ਼ਾਹ ਜੀ ਆਪ ਜੀ ਨਾਲ ਜਿੱਥੇ ਇਹ 300 ਸੰਗਤਾਂ ਨੇ ਉੱਥੇ ਦਾਸ ਨੂੰ ਵੀ ਨਾਲੇ ਜਥੇ ਦੇ ਨਾਲੇ ਲੈ ਚਲੋ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬਹੁਤ ਖੁਸ਼ ਹੋਏ, ਪ੍ਰਸੰਨ ਹੋ ਕਰਕੇ ਕਹਿੰਦੇ ਵੀ ਟੋਡਰਮੱਲ ਤੇਰੇ ਤਾਂ ਅਸੀਂ ਬਹੁਤ ਵੱਡੀ ਸੇਵਾ ਲੈਣੀ ਆ, ਅੱਗੇ ਜਾ ਕਰਕੇ ਤੂੰ ਸੇਵਾ ਕਰੇਗਾ, ਤੇਰੀ ਸੇਵਾ ਨੂੰ ਸੰਸਾਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਯਾਦ ਕਰਿਆ ਕਰੇਗਾ। ਤੂੰ ਆਪਣੇ ਕਿਰਤ ਵਿਰਤ ਧਰਮ ਦੀ ਕਰਦਾ ਰਹੇ ਅਤੇ ਆਪਣਾ ਕੁਝ ਨਾ ਸਮਝੀ, ਤੇਰੇ ਕੋਲ ਰਿੱਧ ਸਿੱਧ ਸਭ ਕੁਝ ਹੋਵੇਗੀ। ਅਤੇ ਸਤਿਗੁਰੂ ਜੀ ਨੇ ਚਰਨ ਪਹੁਲ ਵੀ ਦਿੱਤੀ। ਸੋ ਉਸ ਤੋਂ ਬਾਅਦ ਸਤਿਗੁਰੂ ਜੀ ਤਾਂ ਅੱਗੇ ਚਲੇ ਗਏ ਮਾਲਵੇ ਵੱਲ ਨੂੰ ਉਤਾਰਦੇ ਹੋਏ ਅਤੇ ਟੋਡਰਮੱਲ ਜੋ ਕਿ ਉਸ ਸਮੇਂ ਨੌਜਵਾਨ ਅਵਸਥਾ ਦੇ ਵਿੱਚ ਹੀ ਸੀ
ਅਤੇ ਫਤਿਹ ਸਰਹੰਦ ਵਿਖੇ ਜਾ ਕਰਕੇ ਸਰਹੰਦ ਜਿਹੜਾ ਵਪਾਰ ਦਾ ਕੇਂਦਰ ਸੀ ਮੰਨਿਆ ਜਾਂਦਾ ਇੱਧਰੋਂ ਮਾਲਵੇ 'ਚੋਂ, ਅਤੇ ਵਪਾਰ ਕਰਨ ਜਾਇਆ ਜਾਂਦਾ ਸੀ। ਸਤਿਗੁਰੂ ਜੀ ਜਦੋਂ ਬਚਨ ਫੁਰਨੇ ਸ਼ੁਰੂ ਹੋਏ ਤਾਂ ਟੋਡਰ ਮੱਲ ਨੂੰ ਸਰਹੰਦ ਵਿਖੇ ਦਰਬਾਰ ਦੇ ਵਿੱਚ ਨੌਕਰੀ ਮਿਲ ਗਈ, ਜਿਸ ਕਰਕੇ ਸਤਿਗੁਰੂ ਜੀ ਦੀ ਆਸ਼ੀਰਵਾਦ ਸਦਕਾ ਅਤੇ ਉਹਨਾਂ ਦੀ ਮਿਹਨਤ ਸਦਕਾ, ਟੋਡਰ ਮੱਲ ਦੀ ਹਿੰਮਤ ਸਦਕਾ ਅਤੇ ਸੂਝਵਾਨ ਸੀ ਟੋਡਰ ਮੱਲ, ਇਸ ਕਰਕੇ ਉਹਦਾ ਸਦਕਾ ਉਹ ਦੀਵਾਨ ਦੇ ਅਹੁਦੇ 'ਤੇ ਪਹੁੰਚ ਗਿਆ। ਅਤੇ ਉਸ ਤੋਂ ਬਾਅਦ ਜਹਾਜ਼ੀ ਹਵੇਲੀ ਵੀ ਬਣ ਗਈ, ਅਤੇ ਜਿਹੜੀ ਅੱਜ ਵੀ ਮਤਲਬ ਉੱਥੇ ਮੌਜੂਦ ਆ ਜਹਾਜ਼ੀ ਹਵੇਲੀ। ਅਤੇ ਉਸ ਤੋਂ ਬਾਅਦ ਉਹਦੇ ਕੋਲ ਪੈਸਾ ਵੀ ਬਹੁਤ ਜ਼ਿਆਦਾ ਹੋ ਗਿਆ। ਅਤੇ ਦੀਵਾਨ ਟੋਡਰ ਮੱਲ ਨੇ ਜਦੋਂ 1704 ਈਸਵੀ ਦੇ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸੂਬੇ ਵਜ਼ੀਰ ਖਾਂ ਦੀ ਕੈਦ ਦੇ ਵਿੱਚ ਦੇਖਿਆ ਠੰਡੇ ਬੁਰਜ ਦੇ ਵਿੱਚ, ਤਾਂ ਸੋਚਣ ਲੱਗਿਆ ਕਿ ਮੈਂ ਇਹਨਾਂ ਨੂੰ ਸੋਨਾ ਦੇ ਬਰਾਬਰ ਤੌਲ ਕਰਕੇ ਇਹਨਾਂ ਨੂੰ ਛਡਾ ਲਵਾਂਗਾ। ਅਤੇ ਇੱਥੇ ਆ ਕੇ ਤਕਰੀਬਨ ਕਾਕੜੇ ਤੱਕ ਜ਼ਮੀਨ ਸੀ ਇਹ ਖੱਤਰੀਆਂ ਦੀ, ਇੱਧਰ ਵੀ ਹੁਣੇ ਹੀ ਵਿਕੀ ਆ, ਇਹ ਥੋੜ੍ਹੇ ਜਿਹੇ ਸਾਲ ਪਹਿਲਾਂ ਹੀ ਤਕਰੀਬਨ 20-30 ਸਾਲ ਪਹਿਲਾਂ ਹੀ ਵਿਕੀ ਆ ਇਹ ਜ਼ਮੀਨ, ਪਹਿਲਾਂ ਇਹ ਕਾਕੜੇ ਦੇ ਨਾਂ ਹੀ ਬੋਲਦੀ ਸੀ ਇੱਥੋਂ ਕਾਕੜੇ ਦੇ ਖੱਤਰੀਆਂ ਦੀ। ਅਤੇ ਇੱਧਰ ਮਤਲਬ ਨਾਭਾ ਭਵਾਨੀਗੜ੍ਹ ਰੋਡ ਤੱਕ ਇਹਨਾਂ ਦੀ ਜ਼ਮੀਨ ਹੁੰਦੀ ਸੀ, ਅਤੇ ਇੱਥੋਂ ਵੇਚ ਕਰਕੇ ਉੱਥੇ ਜਾ ਕੇ ਜਹਾਜ਼ੀ ਹਵੇਲੀ ਵਿੱਚ ਹੀ ਇੰਨੀਆਂ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰ ਲਈਆਂ ਕਿ ਬਹੁਤ ਜ਼ਿਆਦਾ ਬੋਰੀਆਂ ਦੇ ਬੋਰੇ ਭਰ ਲਏ। ਤਾਂ ਉਹਨੇ ਆਖਿਆ ਵੀ ਮੈਂ ਹੁਣ ਛਡਾ ਲਵਾਂਗਾ ਜਦੋਂ, ਪਰ ਜਦੋਂ ਸਰਹੰਦ ਗਿਆ ਤਾਂ ਉਦੋਂ ਤੱਕ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਕਹਿ ਅਤੇ ਅਸਹਿ ਕਸ਼ਟ ਦੇ ਕਰਕੇ ਸ਼ਹੀਦ ਕਰ ਦਿੱਤਾ। ਅਤੇ ਮਾਤਾ ਜੀ ਦਸਵੇਂ ਦੁਆਰ ਅਸੀਂ ਆਪਣੇ ਸਵਾਸ 'ਤੇ ਆ ਗਏ। ਅਤੇ ਉਹ ਉਦੋਂ ਬਾਅਦ ਜਦੋਂ ਟੋਡਰ ਮੱਲ ਗਿਆ ਉੱਥੇ ਪਤਾ ਲੱਗਿਆ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਬਹੁਤ ਪਛਤਾਇਆ ਕਿ ਮੈਂ ਲੇਟ ਹੋ ਗਿਆ। ਸਤਿਗੁਰੂ ਜੀ ਅੱਗੇ ਬੇਨਤੀਆਂ ਕਰਨ ਲੱਗਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਆਪ ਜੀ ਨੇ ਮੇਰੇ ਤੋਂ ਸੇਵਾ ਲੈਣ ਦਾ ਜੋ ਵਚਨ ਕੀਤਾ ਸੀ ਉਹ ਮੇਰੇ ਤੋਂ ਕਿਤੇ ਲੱਗ ਤਾਂ ਨਹੀਂ ਗਿਆ, ਕਿਤੇ ਜੋ ਸੇਵਾ ਲੈਣੀ ਸੀ ਆਪ ਕਿਰਪਾ ਕਰੋ ਮੇਰੇ ਤੋਂ ਸੇਵਾ ਲਓ। ਅਤੇ ਫਿਰ ਕਹਿਣ ਲੱਗਿਆ ਵੀ ਹੁਣ ਕੁਛ ਨਹੀਂ ਬਣ ਸਕਦਾ, ਅਤੇ ਮੈਂ ਵਜ਼ੀਰ ਖਾਨ ਨੂੰ ਬੇਨਤੀ ਕਰ ਕਰਕੇ ਇਹਨਾਂ ਦਾ ਸੰਸਕਾਰ ਦੀ ਸੇਵਾ ਲਵਾਂ। ਪਰ ਵਜ਼ੀਰ ਖਾਂ ਉਹੀ ਉਸੇ ਗੱਲ 'ਤੇ ਅੜਿਆ ਰਿਹਾ, ਕਹਿੰਦਾ ਵੀ ਇਹ ਬਾਗੀਆਂ ਦੇ ਪੁੱਤਰ ਨੇ ਇਸ ਕਰਕੇ ਇਹਨਾਂ ਦਾ ਸੰਸਕਾਰ ਨਹੀਂ ਹੋਣਾ ਚਾਹੀਦਾ। ਤਾਂ ਟੋਡਰ ਮੱਲ ਨੇ ਮਨਾਇਆ ਉਹਨਾਂ ਨੂੰ, ਅਤੇ ਉਹ ਕਹਿੰਦੇ ਵੀ ਜੇ ਤੂੰ ਜ਼ਮੀਨ ਲੈਣੀ ਆ ਤਾਂ ਮਤਲਬ ਸੋਨੇ ਦੀਆਂ ਮੋਹਰਾਂ ਵਿਛਾ ਕਰਕੇ ਫੇਰ ਲੈ ਸਕਦਾ, ਜਿੰਨੇ ਥਾਂ ਦੇ ਵਿੱਚ ਤੂੰ ਸੋਨੇ ਦੀਆਂ ਮੋਹਰਾਂ ਵਿਛਾ ਦੇਵੇਂਗਾ ਉਨਾ ਥਾਂ ਹੀ ਤੈਨੂੰ ਇਹਨਾਂ ਦੇ ਸੰਸਕਾਰ ਖਾਤਰ ਦਿੱਤਾ ਜਾਵੇਗਾ। ਦੀਵਾਨ ਟੋਡਰ ਮੱਲ ਦੇ ਨਾਲ ਸਤਿਗੁਰੂ ਜੀ ਦਾ ਬਚਨ ਸੀ, ਇਸ ਕਰਕੇ ਉਹਨੇ ਸਾਰੀਆਂ ਮੋਹਰਾਂ ਵਿਛਾ ਦਿੱਤੀਆਂ। ਸੂਬੇ ਦਾ ਲਾਲਚ ਭੜਕ ਗਿਆ ਅਤੇ ਫਿਰ ਕਹਿੰਦਾ ਖੜੀਆਂ ਕਰਕੇ ਦੇ, ਖੜੀਆਂ ਵੀ ਕਰ ਕਰਕੇ ਦੇ ਦਿੱਤੀਆਂ, ਕਾਮਯਾਬ ਹੋਇਆ। ਦੀਵਾਨ ਟੋਡਰ ਮੱਲ ਅਤੇ ਆਪਣੇ ਭਰਾ ਨੂੰ ਲੈ ਗਏ, ਲੈ ਕਰਕੇ ਉੱਥੇ ਤਿੰਨੋਂ ਲਸਕਾਂ ਲਿਜਾ ਕਰਕੇ ਫਿਰ ਸੰਸਕਾਰ ਕਰਦੀ ਆ। ਅਤੇ ਇਹ 17 ਗੁਰੂ ਕਿਆਂ ਸਾਖੀਆਂ ਦੇ ਵਿੱਚ ਜਿਹੜੀ ਬਹੁਤ ਪੁਰਾਣੀ ਕਿਤਾਬ ਇਹ ਪੋਥੀ ਹੈ, ਅਤੇ ਇਹਦੇ ਵਿੱਚ ਇਹ ਆਉਂਦਾ ਹੈ ਕਿ ਦੀਵਾਨ ਟੋਡਰ ਮੱਲ ਕਪੂਰ ਨੇ ਆਪਣੇ ਭਾਈ ਕੋ ਗਏ ਲੈ ਕਰ ਤਿੰਨੋਂ ਲਾਸੋਗਾ ਬਾਹਰ ਬਸਤੀ ਮੇਲ ਜਾ ਕਰਕੇ ਸੰਸਕਾਰ ਕਰਦੇ ਆ। ਉਸਕੇ ਪਾਛੇ ਤੀਜੇ ਦਿਨ ਭਾਈ ਜੋਤ ਸਿੰਘ ਨਾਮੀ ਸਿੱਖ ਤਿੰਨੋਂ ਕੀ ਭਸਮ ਉਠਾ ਕਰਕੇ ਪਿੰਡ ਆਲੋ ਅਰਖ ਲੈ ਗਿਆ ਅਤੇ ਉੱਥੇ ਲਿਜਾ ਕਰਕੇ ਥੜਾ ਬਣਾ ਦਿੱਤਾ। ਸੋ ਇੱਥੇ ਜਿਹੜਾ ਨਿੰਮ ਸੀ ਜਿਹਦੇ ਪੱਤੇ ਮਿੱਠੇ ਹੋ ਗਏ ਸੀ, ਸਤਿਗੁਰੂ ਜੀ ਜਿੱਥੇ ਬੈਠੇ ਸੀ ਉਹ ਸਮੇਂ ਦੇ ਨਾਲ ਤਕਰੀਬਨ 1903 ਦੇ ਵਿੱਚ ਦੇ ਕਰੀਬ ਜੇ ਇਹ ਨਿੰਮ ਜਿਹੜਾ ਸੁੱਕ ਗਿਆ ਸੀ
ਉਸ ਤੋਂ ਬਾਅਦ ਇੱਕ ਨਿੰਮ ਹੋਰ ਵੀ ਲਾ ਦਿੱਤਾ ਸੀ ਉਸ ਸਮੇਂ, ਪਰ ਉਹ ਕਾਰ ਸੇਵਾ ਦੇ ਦੌਰਾਨ ਜਿਹੜਾ ਦੁਬਾਰੇ ਲਾਇਆ ਸੀ ਨਿੰਮ, ਉਹ ਉਦੋਂ ਪੱਟ ਕਰਕੇ ਫਿਰ ਇਹ ਇੱਥੇ ਅਸਥਾਨ ਬਣਾ ਦਿੱਤਾ। ਸੋ ਇਹ ਜਦੋਂ ਪਹਿਲਾਂ ਇਹ ਤਾਂ ਦੁਬਾਰੇ ਅਸਥਾਨ ਬਣਿਆ, ਇਹ 1991 ਦੇ ਵਿੱਚ ਹੀ ਸੇਵਾ ਹੋਈ ਸੀ। ਇਹ ਸਾਰੀ ਸੇਵਾ 90-91 ਦੇ ਵਿੱਚ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੇਵਾ ਕਰਵਾਈ ਸੀ। ਜਦੋਂ ਇੱਥੇ ਇਹ ਜਗ੍ਹਾ ਨੂੰ ਪੁੱਟਣਾ ਕੀਤਾ ਕਿ ਹੇਠਾਂ ਤੋਂ ਸਰੀਆ ਭਰ ਕੇ ਲਿਆ, ਮਤਲਬ ਹੇਠਾਂ ਪੂਰੀ ਮਜ਼ਬੂਤੀ ਨਾਲ ਲਿਆਵਾਂਗੇ, ਤਾਂ ਉਸ ਸਮੇਂ ਉਹ ਬਾਕਾਇਦਾ ਅਸਤ ਨਿਕਲੇ। ਜਾਣੀ ਵੀ ਉੱਥੇ ਵੀ ਜਿਹੜੀ ਭਾਈ ਜੋਤ ਸਿੰਘ ਅਤੇ ਟੋਡਰਮੱਲ ਨੇ ਇੱਕ ਵੱਡੀ ਗਾਗਰ ਭਰ ਕਰਕੇ ਗੁਰਦੁਆਰਾ ਜੋਤੀ ਸਰੂਪ ਵਿਖੇ ਹੀ ਰੱਖ ਦਿੱਤੀ। ਅੱਜ ਉਹਦੇ ਉੱਥੇ ਉਹ ਵੀ ਗਾਗਰ ਮੌਜੂਦ ਆ, ਅਤੇ ਜਿੱਥੇ ਸ਼ਸਤਰ ਰੱਖੇ ਹੋਏ ਨੇ ਗੁਰਦੁਆਰਾ ਜੋਤੀ ਸਰੂਪ ਵਿਖੇ, ਉਹ ਜਗ੍ਹਾ ਹੈ। ਉੱਥੇ ਅਸਤ ਵੀ ਰੱਖੇ ਹੋਏ ਨੇ ਉੱਥੇ ਸਾਹਿਬਜ਼ਾਦਿਆਂ ਅਤੇ ਮਾਤਾ ਸਾਹਿਬ ਦਾ ਸਾਰਾ ਸਮੂਹ ਅੰਗੀਠਾ ਉੱਥੇ ਸੰਭਾਲਿਆ ਹੋਇਆ। ਇੱਥੇ ਸਿਰਫ ਫੁੱਲ ਆਏ ਨੇ ਜਿਹੜਾ ਭਾਈ ਜੋਤ ਸਿੰਘ ਲੈ ਕੇ ਆਇਆ ਸੀ। ਉਸ ਤੋਂ ਬਾਅਦ ਫਿਰ ਭਾਈ ਜੋਤ ਸਿੰਘ 10ਵੇਂ ਪਾਤਸ਼ਾਹ ਜੀ ਨੂੰ ਬਠਿੰਡੇ ਜਾ ਕਰਕੇ ਮਿਲਿਆ, ਬਠਿੰਡੇ ਜਾ ਕਰਕੇ ਦੱਸਿਆ ਕਿ ਜੋ ਸਾਹਿਬਜ਼ਾਦਿਆਂ ਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਅਸਤ ਮੈਂ ਪਿੰਡ ਆਲੋ ਅਰਖ ਜਿੱਥੇ 9ਵੇਂ ਪਾਤਸ਼ਾਹ ਜੀ ਦਾ ਅਸਥਾਨ ਆ, ਉਸ ਥਾਂ 'ਤੇ ਰੱਖ ਕੇ ਉੱਥੇ ਥੜਾ ਬਣਾ ਦਿੱਤਾ। ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਭਾਈ ਤੂੰ ਠੀਕ ਹੈ ਕੀਤਾ, ਜੋ ਕਰਿਆ ਤਾਂ ਹੁਣ ਉੱਥੇ ਰਹਿਣ ਦੇ ਅਸਤ। ਸੋ ਇਹ 1991 ਦੇ ਵਿੱਚ ਬਾਕਾਇਦਾ ਅਸਤ ਨਿਕਲੇ ਸੀ, ਜੋ ਕਿ 2 ਸਾਲ ਦੇ ਕਰੀਬਨ ਸੰਗਤਾਂ ਨੂੰ ਵਰਤਮਾਨ ਦੇ ਵਿੱਚ ਪਾ ਕਰਕੇ ਖੁੱਲ੍ਹੇ ਦਰਸ਼ਨ ਕਰਾਉਂਦੇ ਰਹੇ। ਉਸ ਤੋਂ ਬਾਅਦ ਜਦੋਂ ਸੇਵਾ ਤਕਰੀਬਨ ਉੱਪਰ ਹੋ ਗਈ, ਫਰਸ਼ ਲੱਗਣ ਦੀ ਤਿਆਰੀ ਸੀ, ਤਾਂ ਉਹ ਕੱਚ ਵਾਲਾ ਵਰਤਮਾਨ ਅਤੇ ਜਿਹਦੇ ਅਸਤਾਂ ਵਾਲਾ ਵਰਤਮਾਨ ਇਹ ਥੜਾ ਸਾਹਿਬ ਦੇ ਥੱਲੇ ਰੱਖ ਦਿੱਤਾ। ਹੁਣ ਇੱਥੋਂ ਤਕਰੀਬਨ 4-5 ਜਿਹੜਾ ਉੱਥੇ ਆ 4-5 ਫੁੱਟ ਹੇਠਾਂ ਹੈ ਉਹ ਅਸਤਾਂ ਵਾਲਾ ਬਰਤਨ, ਅਤੇ ਹੁਣ ਕੰਚ ਦੇ ਵਰਤਮਾਨ ਦੇ ਵਿੱਚ ਰੱਖਿਆ ਹੋਇਆ ਹੈ। ਇੱਕ ਇੱਥੇ ਹੋਰ ਕੌਤਕ ਵਰਤਿਆ ਸੀ ਪਿੱਛੇ 1965 ਦੇ ਕਰੀਬ। ਸੋ ਇੱਥੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੇ ਇੱਥੇ ਬਾਬਾ ਰਾਮ ਸਿੰਘ ਜਿਹੜਾ ਗ੍ਰੰਥੀ ਰਹਿੰਦਾ ਸੀ ਸਮਰਾਲੇ ਕੋਲ ਦਾ, ਸੋ ਉਹਨੂੰ ਦਰਸ਼ਨ ਹੋਏ। ਅਤੇ ਜਦੋਂ ਸੰਗਤਾਂ ਨੇ ਸਵੇਰੇ ਜਿਵੇਂ ਦੱਸਿਆ ਉਹਨਾਂ ਨੇ, ਤਾਂ ਦੇਖਿਆ ਤਾਂ ਬਾਕਾਇਦਾ ਫਰਸ਼ ਦੇ ਉੱਪਰ ਜਿਹੜਾ ਸਮਿੰਟ ਦਾ ਫਰਸ਼ ਸੀ ਉਹਦੇ ਉੱਪਰ ਮਾਤਾ ਗੁਜਰ ਕੌਰ ਜੀ ਦੀਆਂ 2 ਪੈੜਾਂ ਜਿਵੇਂ ਤੁਰੇ ਜਾਂਦੇ ਨੇ, ਅਤੇ ਸਾਹਿਬਜ਼ਾਦਿਆਂ ਦੀਆਂ 2-2 ਪੈੜਾਂ ਜਿਵੇਂ ਬਾਬਾ ਜ਼ੋਰਾਵਰ ਸਿੰਘ ਸੱਜੇ ਹੱਥ ਨਾਲ ਹੋਣ ਅਤੇ ਖੱਬੇ ਹੱਥ ਨਾਲ ਬਾਬਾ ਫਤਿਹ ਸਿੰਘ ਜੀ ਹੋਣ, ਤਾਂ ਉਹ 6 ਪੈੜਾਂ ਸੀਆਂ। ਇਹ ਕਾਰ ਸੇਵਾ ਜਦੋਂ 91 ਦੇ ਵਿੱਚ ਲੱਗੀ ਸੀ ਤਾਂ ਉਹ ਕਿਸੇ ਨੇ ਖਿਆਲ ਹੀ ਨਹੀਂ ਕਰਿਆ, ਅਤੇ 5 ਪੈੜਾਂ ਉਹ ਨਸ਼ਟ ਹੋ ਗਈਆਂ, ਅਤੇ 1 ਪੈੜ ਦਾ ਜਿਹੜਾ ਖਰੇਪੜ ਜਿਹਾ ਉੱਠ ਖੜਿਆ ਸੀ ਉਹ ਅੱਜ ਵੀ ਸੰਭਾਲਿਆ ਹੋਇਆ ਹੈ। ਅੱਜ ਵੀ ਉਹ ਆਪਾਂ ਉਸ ਪੈੜ ਦੇ ਦਰਸ਼ਨ ਕਰ ਸਕਦੇ ਹਾਂ। ਅਤੇ ਇਹ ਜਿਹੜਾ ਸਰੋਵਰ ਬਣਿਆ ਹੈ ਗੁਰੂ ਘਰ ਦਾ, ਅਤੇ ਇੱਥੇ ਵੀ ਇੱਕ ਕੌਤਕ ਵਰਤਿਆ, ਇਹ 2016 ਦੇ ਵਿੱਚ ਬਣਿਆ, ਅਤੇ ਇਹਦੇ ਜਦੋਂ ਪੁੱਟ ਕਰਕੇ ਦੂਜੇ ਦਿਨ ਨੂੰ ਗੁਰਦੁਆਰਾ ਸਾਹਿਬ ਵਾਲੀ ਬਾਹੀ ਤੋਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਅਤੇ ਉਹਦੇ ਬਿਲਕੁਲ ਸਾਹਮਣੇ ਜਿੱਥੇ ਇਹ ਆਪਣੇ ਗਾਡਰ ਲੱਗਿਆ ਹੋਇਆ ਹੈ, ਇਸ ਤੋਂ ਗਾਹਾਂ ਅੱਗੇ ਜਿਹੜਾ ਪਾਣੀ ਆਪਣੇ ਆਪ ਸਿੰਬਣ ਲੱਗ ਗਿਆ ਸੀ, ਜੋ ਕਿ 50 ਲੀਟਰ ਦੇ ਕਰੀਬ ਆਪਣੇ ਆਪ ਪਾਣੀ ਸਿੰਬ ਜਾਂਦਾ ਸੀ। ਜਦਕਿ ਇਸ ਪਾਸੇ ਥੜਾ ਹੀ ਬਣਿਆ ਹੋਇਆ ਸੀ, ਕਦੇ ਕੋਈ ਇੱਥੇ ਫਸਲ ਨਹੀਂ ਬੀਜੀ, ਕਦੇ ਮਤਲਬ ਕੋਈ ਟੂਟੀ ਜਾਂ ਕੋਈ ਵੀ ਇੱਥੇ ਪਾਣੀ ਦਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਸੋਮਾ ਸੀ। ਪਰ 3 ਪਾਸੇ ਜਿਹੜੀ ਇੱਧਰ ਖੇਤ ਦਿਖਦੇ ਨੇ, ਇੱਧਰ ਵੀ ਇਹ ਜਿਹੜਾ ਮਤਲਬ ਗਰਾਊਂਡ ਆ, ਇੱਧਰ ਵੀ ਪਾਣੀ ਲੱਗਦਾ ਸੀ, ਉੱਧਰੋਂ 1 ਤਬਕਾ ਵੀ ਪਾਣੀ ਨਹੀਂ ਆਇਆ, ਨਾ ਹੇਠਾਂ 120-30-40 ਫੁੱਟ 'ਤੇ ਪਾਣੀ ਸੀ, ਤਾਂ ਉੱਧਰੋਂ ਹੇਠਾਂ ਤੋਂ ਵੀ ਕੀ ਆਉਣਾ ਸੀ।
ਸੋ ਇਹ ਸਤਿਗੁਰੂ ਨੇ ਇਹ ਵੀ ਕ੍ਰਿਸ਼ਮਾ ਦਿਖਾਏ। ਸੋ ਹੁਣ ਤਕਰੀਬਨ 2004 ਤੋਂ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਇਆ ਗਿਆ ਤਾਂ ਉਦੋਂ ਤੋਂ ਲੈ ਕਰਕੇ ਹਰ ਸਾਲ ਮਹਾਨ ਸ਼ਹੀਦੀ ਸ਼ਰਧਾ ਯਾਦਗਾਰ ਨਗਰ ਕੀਰਤਨ ਦੇ ਨਾਂ 'ਤੇ ਉੱਥੋਂ ਚੱਲ ਕਰਕੇ ਗੁਰਦੁਆਰਾ ਜੋਤੀ ਸਰੂਪ ਤੋਂ ਇੱਥੇ ਆਉਂਦਾ ਏ, ਹਰ ਸਾਲ ਆਉਂਦਾ। ਬੜੀ ਸੰਗਤਾਂ, ਬਹੁਤ ਜ਼ਿਆਦਾ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਸੋ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ ਏ। ਇੱਕ ਹੁਣ ਇੱਥੇ ਦਿਹਾੜਾ ਮਨਾਉਣਾ ਏ, ਸੰਗਤਾਂ ਨੇ ਰਲ ਮਿਲ ਕਰਕੇ ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ, ਅਤੇ ਉਹਨਾਂ ਦਾ ਦਿਹਾੜਾ ਏ, ਉਹਨਾਂ ਦਾ 12 ਫਰਵਰੀ ਦਾ ਮਤਲਬ ਉਹਨਾਂ ਦਾ ਇਹ ਜਨਮ ਦਿਹਾੜਾ ਏ। ਅਤੇ ਬਾਬਾ ਦੀਪ ਸਿੰਘ ਜੀ ਦਾ ਵੀ ਜਨਮ ਦਿਹਾੜਾ 27 ਜਨਵਰੀ ਨੂੰ ਪਿੱਛੇ ਲੰਘ ਗਿਆ। ਦੋਨਾਂ ਦਾ, ਬਾਬਾ ਅਜੀਤ ਸਿੰਘ ਜੀ ਬਾਬਾ ਅਤੇ ਬਾਬਾ ਦੀਪ ਸਿੰਘ ਜੀ ਦਾ, ਇਸ ਥਾਂ 'ਤੇ ਬਹੁਤ ਧੂਮਧਾਮ ਨਾਲ ਉਹ ਦਿਹਾੜਾ ਮਨਾਇਆ ਜਾਵੇਗਾ। ਦੀਵਾਨ ਵੀ ਲੱਗਣਗੇ, ਡਾਕਟਰਾਂ ਦਾ ਕੈਂਪ ਵੀ ਲੱਗੇਗਾ, ਅਤੇ ਪੱਗਾਂ ਬਣਾਉਣ ਵਾਲੇ ਨੌਜਵਾਨ ਵੀ ਪਟਿਆਲੇ ਤੋਂ ਤਕਰੀਬਨ ਆਉਣਗੇ। ਸੋ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ, ਇੱਥੇ ਤਕਰੀਬਨ ਫੰਕਸ਼ਨ ਹੁੰਦੇ ਹੀ ਰਹਿੰਦੇ ਨੇ। ਸੰਗਤਾਂ ਕਰਮਾਂ ਵਾਲੀਆਂ ਆ ਕਰਕੇ ਨਮਸਤਕ ਹੋ ਕਰਕੇ ਸਤਿਗੁਰੂ ਤੋਂ ਵਰ ਪ੍ਰਾਪਤ ਕਰਦੇ ਨੇ, ਖੁਸ਼ੀਆਂ ਲੈਂਦੀਆਂ ਨੇ, ਜਨਮ ਸਫਲਾ ਕਰਦੀਆਂ ਨੇ। ਫਤਿਹ ਬੁਲਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੁਸੀਂ ਵੀ ਗੁਰਦੁਆਰਾ ਮੰਜੀ ਸਾਹਿਬ ਵੱਲ ਅਰਖ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇਸ ਜਗ੍ਹਾ ਦੇ ਉੱਤੇ ਸਰਾਵਾਂ ਵੀ ਮੌਜੂਦ ਨੇ ਜੀ। ਜੇ ਦੂਰੋਂ ਨੇੜੋਂ ਸੰਗਤ ਆਉਂਦੀ ਹੈ ਤਾਂ ਉਹਨਾਂ ਲਈ ਇੱਥੇ ਹਰ ਚੀਜ਼ ਦਾ ਪ੍ਰਬੰਧ ਹੈਗਾ, ਲੰਗਰ ਹਾਲ ਹੈਗਾ ਜੀ, ਅਤੇ ਸਰਾਵਾਂ ਮੌਜੂਦ ਨੇ, ਰਹਿਣ ਦਾ ਪ੍ਰਬੰਧ ਹੈਗਾ। ਸੋ ਇਹ ਸੀ ਜੀ ਗੁਰਦੁਆਰਾ ਮੰਜੀ ਸਾਹਿਬ ਦਾ ਇਤਿਹਾਸ। ਸੋ ਜਿੱਥੇ ਗੁਰੂ ਸਾਹਿਬ ਪਹਿਲਾਂ ਜਾ ਕੇ ਬੈਠੇ ਸੀ, ਉੱਥੋਂ ਜਾਣੇ ਅਣਜਾਣੇ ਦੇ ਵਿੱਚ ਜੋ ਜ਼ਮੀਨ ਦੇ ਉੱਥੋਂ ਦੇ ਮਾਲਕ ਸੀ ਉਹਨਾਂ ਨੇ ਉਠਾ ਦਿੱਤਾ ਸੀ। ਅਤੇ ਆਪਣਾ ਫਰਜ਼ ਬਣਦਾ ਜੀ ਕਿ ਜਿੱਥੇ ਗੁਰੂ ਸਾਹਿਬ ਦੇ ਦਰਸ਼ਨ ਚਰਨ ਪਏ ਹੋਣ, ਉਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਵਾਈਏ, ਅਤੇ ਉਸ ਜਗ੍ਹਾ ਦੇ ਵੀ ਦਰਸ਼ਨ ਕਰਵਾਉਣੇ ਜੀ। ਹੁਣ ਚੱਲ ਕੇ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਨਾਲ ਹੀ ਆ ਜੀ, ਅਜੇ ਵੀ ਚੱਲੀਏ। ਇਹ ਹੈ ਜੀ ਗੁਰਦੁਆਰਾ ਮੰਜੀ ਸਾਹਿਬ, ਜਿਸ ਦੇ ਤੁਹਾਨੂੰ ਹੁਣ ਦਰਸ਼ਨ ਕਰਵਾਏ ਨੇ। ਅਤੇ ਆਪਾਂ ਖੜ੍ਹੇ ਜੀ ਮੇਨ ਰੋਡ 'ਤੇ, ਜਿਹੜਾ ਪਿੰਡ ਆਲੂ ਵਰਖ ਨੂੰ ਜਾਂਦਾ ਜੀ, ਅਤੇ ਇੱਧਰ ਆ ਮੇਨ ਰੋਡ, ਨਾਭਾ ਭਵਾਨੀਗੜ੍ਹ ਰੋਡ, ਇਹ ਸਾਹਮਣੇ ਬੋਰਡ ਲੱਗਿਆ ਹੋਇਆ ਜੀ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਸਭ ਤੋਂ ਪਹਿਲਾਂ ਇਸ ਸਥਾਨ 'ਤੇ ਆਏ ਸੀ, ਅਤੇ ਗੁਰੂ ਜੀ ਨੂੰ ਖੇਤ ਵਾਲਿਆਂ ਨੇ ਜਾਣੇ ਅਣਜਾਣੇ ਵਿੱਚ ਉੱਚੇ ਨਿਵੇਂ ਸ਼ਬਦ ਬੋਲੇ, ਅਤੇ ਗੁਰੂ ਸਾਹਿਬ ਚੁੱਪ ਚਾਪ ਉੱਠ ਕੇ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ 'ਤੇ ਜਾ ਬੈਠੇ, ਜਿੱਥੇ ਇੱਕ ਨਿੰਮ ਸੀ, ਅਤੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਮੌਜੂਦ ਆ। ਅਤੇ ਹੁਣ ਜਿੱਥੇ ਉਹ ਸਾਹਮਣੇ ਅਸਥਾਨ ਬਣਿਆ ਹੋਇਆ ਜੀ, ਅਤੇ ਉਸਦੇ ਕਰਾਉਣੇ ਚੱਲ ਕੇ ਦਰਸ਼ਨ, ਆਜੋ ਜੀ ਚੱਲੀਏ। ਉੱਥੇ ਅਸਥਾਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜੀ, ਬਹੁਤ ਘੱਟ ਸੰਗਤ ਨੂੰ ਇਸ ਅਸਥਾਨ ਬਾਰੇ ਜਾਣਕਾਰੀ ਹੈ, ਅਤੇ ਸੰਗਤ ਇੱਧਰ ਆਉਂਦੀ ਓ ਨਹੀਂ, ਬਹੁਤ ਘੱਟ ਸੰਗਤ ਆਉਂਦੀ ਹੈ ਇੱਥੇ। ਜਦੋਂ ਵੀ ਤੁਸੀਂ ਮੰਜੀ ਗੁਰਦੁਆਰਾ ਮੰਜੀ ਸਾਹਿਬ ਆਲੂ ਅਰਖ ਦੇ ਦਰਸ਼ਨ ਕਰਨ 'ਚ ਆਵੋ ਤਾਂ ਇਸ ਸਥਾਨ ਦੇ ਵੀ ਦਰਸ਼ਨ ਕਰਕੇ ਜਾਇਆ ਕਰੋ ਜੀ, ਕਿਉਂਕਿ ਗੁਰੂ ਸਾਹਿਬ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਜੀ ਇਹ ਵੀ। ਇਸ ਜਗ੍ਹਾ ਦੇ ਉੱਤੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਅਤੇ 300 ਸਿੰਘਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਆ ਕੇ ਡੇਰੇ ਲਾਏ ਸੀ, ਪਰ ਜੋ ਇੱਥੋਂ ਦੇ ਜ਼ਿਮੀਂਦਾਰ ਸੀ ਉਸ ਵਕਤ ਉਹਨਾਂ ਨੇ ਜਾਣੇ ਅਣਜਾਣੇ ਦੇ ਵਿੱਚ ਇਸ ਜਗ੍ਹਾ ਤੋਂ ਗੁਰੂ ਸਾਹਿਬ ਨੂੰ ਬੋਲ ਕਬੂਲ ਬੋਲੇ, ਅਤੇ ਇਸ ਜਗ੍ਹਾ ਦੇ ਉੱਤੇ ਉੱਤੋਂ ਉੱਠ ਕੇ ਗੁਰੂ ਸਾਹਿਬ ਚੁੱਪ ਚਾਪ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਜਾ ਬੈਠੇ। ਅਤੇ ਇਹ ਆ ਜੀ ਇੱਥੋਂ ਦਾ ਇਤਿਹਾਸ। ਸੋ ਅੰਦਰੋਂ ਚੱਲ ਕੇ ਕਰਵਾਉਣੇ ਦਰਸ਼ਨ ਅਤੇ ਹੁੰਦੇ ਨਮਸਤਕ। ਅਸਥਾਨ ਬਣਿਆ ਹੋਇਆ ਜੀ, ਛੋਟਾ ਜਿਹਾ ਅਸਥਾਨ ਆ,
ਸੋ ਤੁਹਾਨੂੰ ਦਰਸ਼ਨ ਕਰਵਾਏ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸਭ ਤੋਂ ਪਹਿਲਾਂ ਆਏ ਸੀ। ਅਤੇ ਇਹ ਸੀ ਜੀ ਗੁਰਦੁਆਰਾ ਮੰਜੀ ਸਾਹਿਬ ਦਾ ਇਤਿਹਾਸ। ਸੋ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ। ਸਫਰੇ ਸ਼ਹਾਦਤ ਦੀ ਇਹ ਆਖਰੀ ਵੀਡੀਓ ਸੀ। ਸੋ ਬੁਲਾਉਂਦੇ ਹਾਂ ਹੁਣ ਫਤਿਹ, ਇੱਕ ਹੋਰ ਨਵੀਂ ਜਲਦ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।